ਹਾਂਜੀ ਫਿਰ ਕਿਵੇਂ ਸਾਰੇ ਜਾਣੇ ਉਮੀਦ ਕਰਦੇ ਆਂ ਕਿ ਠੀਕ ਠਾਕ ਹੋਵੋਗੇ ਸਾਰੇ ਜਾਣੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਅਸੀਂ ਤੁਹਾਡੇ ਆਪਦੇ YouTube ਚੈਨਲ ਦੇ ਉੱਪਰ ਟਰੈਕਟਰ ਵੀਆ 2 ਤੇ ਜਿੰਨੇ ਵੀਰ ਨਵੇਂ ਆਏ ਨੇ ਜਾਂ ਫਿਰ ਜਿੰਨੇ ਵੀਰ ਪੁਰਾਣੇ ਨੇ ਅਸੀਂ ਉਹਨਾਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਤੇ ਜਿੰਨੇ ਵੀ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਹੋਇਆ ਕਿਉਂਕਿ ਸਾਡੇ ਚੈਨਲ ਦੇ ਉੱਪਰ ਸੇਲ ਪਰਚੇਜ਼ ਵਾਲੀ ਵੀਡੀਓ ਸੌਂਦੀਆਂ ਰਹਿੰਦੀਆਂ ਨੇ ਬਸ ਅਸੀਂ ਸਿਰਫ ਗੱਡੀ ਦੀ ਐਡ ਤੇ ਪਸ਼ੂਆਂ ਦੀ ਐਡ ਨਹੀਂ ਕਰਦੇਗੇ ਜੇ ਕਿਸੇ ਵੀਰ ਨੇ ਐਡ ਕਰਵਾਉਣੀ ਹੋਵੇ ਸਾਡੇ ਨੰਬਰ ਹੈਗੇ 7340945620 ਸਕਰੀਨ ਦੇ ਪਹਿਲਾਂ ਤੁਹਾਨੂੰ ਸ਼ੋ ਹੋਣਦੇ ਪਏ ਹੋਣਗੇ ਉੱਥੋਂ ਤੁਸੀਂ ਨੰਬਰ ਸਾਡਾ ਨੋਟ ਕਰਕੇ ਸਾਨੂੰ 5 ਤੋਂ 10 ਫੋਟੋਆਂ ਤੇ ਪੂਰੀ ਲੋੜਿੰਗ ਦਾ ਜਾਣਕਾਰੀ ਭੇਜ ਕੇ ਸਾਡੇ ਕੋਲੋਂ ਤੁਸੀਂ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ ਤੇ ਸਾਡੇ ਚੈਨਲ ਦੇ ਸਪੈਸ਼ਲ ਐਡ ਵੀ ਲੱਗਦੀ ਆ ਉਹ ਇਕੱਲੇ ਦੀ ਹੋਊਗੀ ਕਾਫੀ ਉਹਦੇ ਵਿੱਚ ਹੁੰਦਾ ਉਹ ਤੁਹਾਨੂੰ ਫੋਨ ਤੇ ਦੱਸ ਦਾਂਗੇ ਜੇ ਤੁਸੀਂ ਸਪੈਸ਼ਲ ਐਡ ਲਗਵਾਉਣੀ ਹੋਵੇ ਸਭ ਤੋਂ ਪਹਿਲਾਂ ਆ ਜਾਂਦਾ ਜਗਜੀਤ ਵਾਲਿਆਂ ਦਾ ਤੂੜੀ ਵਾਲਾ ਰੀਪਰ ਆਪਣੇ ਕੋਲ ਸੇਲ ਦੇ ਵਿੱਚ ਹਾਲਤ ਵਗੈਰਾ ਰੀਪਰ ਦੀ ਤੁਸੀਂ ਵੇਖ ਹੀ ਸਕਦੇ ਹੋ 2020 ਮਾਡਲ ਆ ਰੀਪਰ ਇਹ ਪੂਰੀ ਚੰਗੀ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਤੇ ਜੋ ਕੀਮਤ ਰੱਖੀ ਗਈ ਹੈ ਉਹ ਹੈਗੀ 2 ਲੱਖ ਤੇ 70000 ਰੁਪਇਆ 2 ਲੱਖ 70000 ਰੁਪਇਆ ਕੀਮਤ ਰੱਖੀ ਗਈ ਹੈ ਜਿਹੜੀ ਡਿਮਾਂਡ ਇਫੈਕਟਸ ਨਹੀਂ ਹੈਗੀ ਮੌਕੇ ਤੇ ਇਹ ਕੀਮਤ ਦੇ ਵਿੱਚੋਂ ਘਟ ਵਧ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਥੱਲੇ ਦੇ ਰਹੇ ਆਂ ਆਪਾਂ ਫੋਨ ਕਰਕੇ ਤੁਸੀਂ ਇਹ ਰੀਪਰ ਹੈ ਜਿਹੜਾ ਤੁੜੀ ਵਾਲਾ ਖਰੀਦ ਸਕਦੇ ਹੋ ਤੇ ਹੁਣ ਆਪਣੇ ਕੋਲ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 855 ਸਭ ਤੋਂ ਪਹਿਲਾ ਮਾਡਲ ਦੀ ਗੱਲ ਕਰ ਲੈਣੇ ਆ ਜੀ 2017 ਮਾਡਲ ਦਾ ਟਰੈਕਟਰ ਇਹ 2017 ਮਾਡਲ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਬੰਪਰ ਬੰਪਰ ਲੱਗਾ ਹੋਇਆ ਅੱਗੇ ਐਕਸਟਰਾ ਲੇਟਾਂ ਵਗੈਰਾ ਲੱਗੀਆਂ ਹੋਈਆਂ ਨੇ 4 ਸਟਾਰ ਆ ਰਿਵਰਸ ਪੀਡੀਓ ਆ ਡਬਲ ਪੰਪਰ ਟਰੈਕਟਰ ਨੂੰ ਲੱਗਾ ਹੋਇਆ ਮੈਟਿੰਗ ਵੇਰਾ ਟਰੈਕਟਰ ਤੇ ਹੋਈ ਹੋਈ ਆ ਟਰੈਕਟਰ ਇੰਜਨ ਗੇਅਰ ਦਾ ਪੂਰਾ ਸੀਲ ਦਾ ਕੋਈ ਕੰਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਵਾਹ ਕੇ ਚਲਾ ਕੇ ਦੇਣੀ ਦੀ ਫੁੱਲ ਗਾਰੰਟੀ ਆ ਮੈਸਤਰੀ ਲਾ ਕੇ ਆਦਾਵਾ ਕੇ ਚੈੱਕ ਕਰ ਸਕਦੇ ਹਾਂ ਤੇ ਇੱਕ ਮੈਂ ਗੱਲ ਹੋਰ ਦੱਸ ਦੇਣਾ ਚਾਹੁੰਦਾ ਕਿ ਟਰੈਕਟਰਾਂ ਦੇ ਰੇਟ ਵੱਧ ਚੁੱਕੇ ਨੇ ਨਵੇਂਆਂ ਦੇ ਖਬਰ ਤਾਂ ਇਹ ਵੀ ਆਈ ਆ ਕਿ ਮੋਟਰਸਾਈਕਲਾਂ ਸਾਰੀਆਂ ਚੀਜ਼ਾਂ ਦੇ ਵਧ ਗਏ ਆ ਇਕੱਠੀ ਵਧਿਆਂ ਦੇ 30-30 ਹਜ਼ਾਰ ਤੇ ਇਹਦੇ ਬਾਰੇ ਭਰਾਓ ਹੁਣ ਮੋਦੀ-ਮੋਦੀ ਬਾਰੇ ਗੱਲ ਹੋ ਰਹੀ ਆ ਕਹਿੰਦੇ ਸ਼ਾਇਦ ਵੀ ਇਹਨਾਂ ਨੇ ਕੀਤਾ ਹੋਇਆ ਵੀ ਪੈਟਰੋਲ ਡੀਜ਼ਲ ਦੇ ਬਾਅਦ ਹੁਣ ਇਹ ਆ ਇਹ ਨੇ ਚੱਕੇ ਆ ਤੇ ਬਾਕੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਤਾਂ ਫਿਰ ਵੱਧ ਹੀ ਜਾਂਦੇ ਆ ਰੇਟ ਹੁਣ ਪੁਰਾਣੇ ਟਰੈਕਟਰਾਂ ਦੇ ਵੀ ਦੁਬਾਰਾ ਚੱਕੇ ਜਾਣੀ ਆ ਤੇ 5,60,000 ਰੁਪਏ ਏ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਤੇ ਜਿਹੜਾ ਘਟੂਗਾ ਛੋੜ ਹੋਊਗੀ ਉਹ ਮੌਕੇ ਤੇ ਕਰ ਦਿੱਤੀ ਜਾਊਗੀ ਘਾਟ ਬਾਅਦ ਮੌਕੇ ਦੇ ਉਪਰ ਵਿੱਚ ਰੇਟ ਦੇ ਵਿੱਚ ਹੋਣੀ ਹੈ ਜੀ ਨੰਬਰ ਮਾਲਕਾਂ ਨੇ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਇਹਨਾਂ ਨੰਬਰਾਂ ਤੇ ਤੁਸੀਂ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਬਾਕੀ ਦੱਸਿਓ ਕਿ ਆਪਾਂ 963 ਦੇ ਉੱਪਰ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਨਾ ਤੇ ਹੁਣ ਆਪਣੇ ਕੋਲ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 963 FE ਮਾਡਲ ਦੀ ਗੱਲ ਕਰ ਲੈਣੇ ਆ 2018 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ ਪਿਆ ਹੋਇਆ ਵਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਸੀਲਡ ਆ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਟਰੈਕਟਰ ਦੇ ਮੀਟਰ ਦੀ ਗੱਲ ਕਰੀਏ ਜੀ 952 ਘੰਟੇ ਚੱਲਿਆ ਹੋਇਆ ਮੀਟਰ ਪੂਰਾ ਸਾਫ ਪਿਆ ਹੋਇਆ ਟਰੈਕਟਰ ਕੋਈ ਭੰਨ ਤੋੜਨੀ ਹੋਈਗੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਇੰਜਨ ਗੇਅਰ ਦਾ ਪੂਰਾ ਓਕੇ ਆ ਵਾ ਕੇ ਚਲਾ ਕੇ ਦੇਣ ਦੀ ਫੋਲ ਗਾਰੰਟੀ ਆ ਟਰੈਕਟਰ ਪਾਵਰ ਸਟੀering ਆ ਬਾਕੀ ਡਿਸਟ੍ਰਿਬਿਊਟਰ ਵਗੈਰਾ ਲੱਗਾ ਹੋਇਆ ਵਾ ਜਿਆਦਾ ਸਪੀਡਾਂ ਨਹੀਂ ਇਹਦੇ ਵਿੱਚ ਹਾਈ ਲੋ ਮੀਡੀਅਮ ਹੁੰਦਾ ਵਾ ਤੇ ਡਬਲ ای پی ٹی ਕੋ ਸਮਝ ਲਓ ਵੀ پی ٹی ਕੋ ਦੇ ਚੱਕਰ ਬਾਫੀ ਹੋ ਜਾਂਦੇ 540 540 540 سٹینڈرਡ ਫਲਾਨੇ ਫਲਾਨੇ ਕਾਫੀ ਹੁੰਦੇ ਇਹਦੇ ਵਿੱਚ ਤੇ ਕੀਮਤ ਰੱਖੀ ਗਈ ਹੈ ਇਹਦੇ ਵਿੱਚ 6 ਲੱਖ 40 ਹਜ਼ਾਰ ਰੁਪਿਆ ਤੇ ਸੁਪਰ ਸੀਡਰ ਵਾਸਤੇ ਜਿੰਨਾਂ ਨੇ ਲੈਣਾ ਬਹੁਤ ਚੰਗਾ ਟਰੈਕਟਰ ਆ ਜਮ ਉੱਠਦਾ ਹੀ ਨਹੀਂ ਮੂਰੋ ਤਾਂ ਇਹ 63 ਬਾਕੀ ਅੱਗੇ ਵੇਟ ਬੂਟ ਟੰਗੇ ਜਾਂ ਤਾਂ ਫਿਰ ਤਾਂ ਕਹਿਣੀ ਕਹਿਣੇ ਬਣ ਜਾਂਦੇ ਇਹਦੇ ਤੇ ਨੰਬਰ ਹੈ ਜਿਹੜਾ ਮਾਲਕਾਂ ਦਾ ਥੱਲੇ ਦੇ ਰਹੇ ਆਂ ਆਪਾਂ ਫੋਨ ਕਰਕੇ ਤੁਸੀਂ ਇਹ ਟਰੈਕਟਰ ਜਿਹੜਾ 963 ਖਰੀਦ ਸਕਦੇ ਹੋ ਤੇ ਕਾਫੀ ਵੀਰ ਕਹਿੰਦੇ ਕਿ ਇਹ ਨੋਵੋਦੀ ਕਾਪੀ ਆ ਭਰਾਵੋ ਕੋਈ ਵੀ ਕੰਪਨੀ ਆਪਦੀਆਂ ਕਾਪੀ ਨਹੀਂ ਕਰਨ ਦੇ ਸਕਦੀਗੀ ਇਹ ਮਹਿੰਦਰਾ ਨੇ ਸਿਰਫ ਬਲੌਕ ਦੇ ਉੱਪਰ ਮਹਿੰਦਰਾ ਲਿਖਿਆ ਸੀਗਾ ਉੱਥੇ ਚਾਬੀਆਂ ਪਾਣੇ ਸਵਰਾਜ ਵਾਲੇ ਨੇ ਸੜਤੇ ਸੀਗੇ ਤੇ ਇਹ ਸੋਚ ਦੇਖ ਲਓ ਫਿਰ ਕਿੱਧਰੋਂ ਦੇ ਦੂਗਾ ਸਵਰਾਜ ਮਹਿੰਦਰਾ ਆਪ ਦਾ ਨੋਵੋਦੀ ਸਾਰੀ ਤਕਨੀਕ ਇਹਨਾਂ ਨੂੰ ਆਈ ਨਹੀਂ ਹੁੰਦਾ ਹੁੰਦਾ ਅੱਗੇ ਆਪਣੇ ਕੋਲ ਸੀਰੀਅਲ ਦੇ ਵਿੱਚ ਆ ਜਾਂਦਾ ਜੀ ਜਨਰੇਟਰ ਜਨਰੇਟਰ ਆ ਜਾਂਦਾ 30 ਕਿਲੋਵਾਟ ਦਾ ਜਨਰੇਟਰ ਆ ਇੰਜਨ ਹੈਗਾ 407 407 ਦਾ ਇੰਜਨ ਹੈ ਜੀ ਧਰਿਆ ਹੋਇਆ ਜਨਰੇਟਰ ਦੇ ਉੱਪਰ ਪੂਰਾ ਸਾਫ ਪਿਆ ਤੁਸੀਂ ਜਨਰੇਟਰ ਵੇਖ ਸਕਦੇ ਹੋ ਰੰਗ ਰੰਗ ਕਾਲਾ ਕੀਤਾ ਹੋਇਆ ਹੈ ਜੀ ਇਹਨੂੰ ਤੇ ਬਾਕੀ 30 ਕਿਲੋਵਾਟ ਦਾ ਵਾ ਤੇ ਕੀਮਤ ਰੱਖੀ ਗਈ ਹੈ ਜੀ 1 ਲੱਖ ਤੇ 40000 ਰੁਪਇਆ 1 ਲੱਖ 40000 ਰੁਪਇਆ ਕੀਮਤ ਰੱਖੀ ਗਈ ਆ ਜਿਹੜਾ ਮੌਕੇ ਤੇ ਘੱਟ ਵੱਧ ਕੀਤਾ ਜਾਣਾ ਮੈਂ ਥੋੜਾ ਬਹੁਤਾ ਹੋ ਜਾਊਗਾ ਜੀ ਜੋ ਨੰਬਰ ਨੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਇਹ ਜਿਹੜਾ ਜਨਰੇਟਰ ਆ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰਾਂ ਨੂੰ ਲੋੜ ਹੋਵੇ ਪੂਰਾ ਸਾਫ਼ ਵਧੀਆ ਜਨਰੇਟਰ ਪਿਆ ਹੋਇਆ 407 ਦਾ ਇੰਜਣ 30 ਕਿਲੋਵਾਟ ਦਾ ਜਨਰੇਟਰ ਆ ਇਹ ਤੇ ਹੁਣ ਅੱਗੇ ਆ ਜਾਂਦਾ ਜੀ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਸੋਨਾਲੀਕਾ DI 55 HDM ਸਕੰਦਰ ਸੀਰੀਜ਼ ਵਾਲਾ ਟਰੈਕਟਰ ਮਾਡਲ ਦੀ ਗੱਲ ਕਰ ਲੈਣੀ ਹੈ ਸਭ ਤੋਂ ਪਹਿਲਾਂ ਜੀ 2019 ਮਾਡਲ ਹੈ ਇਹ 2019 ਮਾਡਲ ਦਾ ਟਰੈਕਟਰ ਤੇ 80 ਪੈਸੇ ਟਾਇਰ ਦੱਸੇ ਜਾ ਰਹੇ ਨੇ ਟਰੈਕਟਰ ਦੇ ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਦੱਸਦੇ ਪਏ ਨੇ ਸੀਲਡ ਆ ਕਹਿੰਦੇ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਕੋਈ ਭੰਗ ਤੋੜਨੀ ਹੋਈ ਤੇ 1340 ਘੰਟੇ ਟਰੈਕਟਰ ਕਾਲ ਚੱਲਿਆ ਹੋਇਆ ਬਾਕੀ ਮੀਟਰ ਦੀਆਂ ਫੋਟੋਆਂ ਤੁਹਾਨੂੰ ਅੱਗੇ ਸ਼ੋਅ ਹੋ ਜਾਣਗੀਆਂ ਇੰਜਨ ਗੇਅਰ ਲੈਫਟ ਓਕੇ ਸੀਲਡ ਪਿਆ ਹੋਇਆ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕਿਤੇ ਉਹ ਚਾਬੀ ਨਹੀਂ ਲਗਾਉਂਦਾਗਾ ਤੇ ਮਾਲਕਾਂ ਨੇ ਕਿਹਾ ਸੀਗਾ ਕਿ ਇਹ ਟਰੈਕਟਰ ਐਕਸਚੇਂਜ ਵੀ ਕਰ ਲੈਣਗੇ ਕਿਸੇ 50 ਹਾਰਸ ਪਾਵਰ ਤੋਂ ਲੈ ਕੇ 60 ਹਾਰਸ ਪਾਵਰ ਦੇ ਹੋਰ ਟਰੈਕਟਰ ਦੇ ਨਾਲ ਠੀਕ ਹੈ ਜੀ ਸੋ ਜੇ ਕਿਸੇ ਨੇ ਮੈਚ ਕਟਾ ਕੇ ਲੈਣਾ ਹੋਵੇ ਇਹ ਛੋਟਾ ਯਾਨੀ ਕਿ ਕੰਮ ਬਣ ਜਾਊਗਾ ਤੇ ਡਿਮਾਂਡ ਰੱਖੀ ਗਈ ਹੈ ਟਰੈਕਟਰ ਦੀ 5.5 ਲੱਖ ਰੁਪਈਆ 5.5 ਲੱਖ ਰੁਪਈਆ ਕੀਮਤ ਰੱਖੀ ਗਈ ਆ ਜਿਹੜਾ ਮੌਕੇ ਤੇ ਘਟ ਵੱਧ ਹੋਣਾ ਉਹ ਵੱਖਰਾ ਜੀ ਕੀਤਾ ਜਾਊਗਾ ਮੌਕੇ ਤੇ ਥੋੜਾ ਬਹੁਤਾ ਲੈਸ ਨੰਬਰ ਮਾਲਕਾਂ ਦੇ ਥੱਲੇ ਦੇ ਰਹੇ ਆ ਫੋਨ ਕਰਕੇ ਤੁਸੀਂ ਇਹ ਜਿਹੜਾ ਟਰੈਕਟਰ ਆ ਖਰੀਦ ਸਕਦੇ ਹੋ ਜਿੰਨਾ ਨੇ ਲੈਣਾ ਹੋਵੇ ਜਾਂ ਫਿਰ ਐਕਸਚੇਂਜ ਕਰਨਾ ਹੋਵੇ 50 ਹਾਰਸ ਪਾਵਰ ਤੋਂ ਲੈ ਕੇ 60 ਹਾਰਸ ਪਾਵਰ ਤੱਕ ਤੇ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 744 744 ਆ ਜਾਂਦਾ ਜੀ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਮਾਡਲ ਦੀ ਗੱਲ ਕਰ ਲੈਣੇ ਆ ਜੀ 2019 ਮਾਡਲ ਹੈ ਇਹ ਟਰੈਕਟਰ ਇਹ ਟਰੈਕਟਰ ਵੀ 2019 ਮਾਡਲ ਹੈ ਜੀ 4 ਸਟਾਰ ਆ ਰਿਵਰਸ ਪੀਟ ਗੋ ਆ ਪਾਵਰ ਸਟੀering ਆ ਟਰੈਕਟਰ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਪੂਰਾ ਓਕੇ ਸੀਲਡ ਟਰੈਕਟਰ ਆ ਜਦੋਂ ਚਾਬੀ ਨਹੀਂ ਲਗਾਉਂਦਾਗਾ ਕੋਈ ਯਾਨੀ ਕਿ ਬਲੂ ਬਲੂ ਨਹੀਂ ਹੈਗੀਗੀ ਕੋਈ ਬੈਕ ਕੰਪਰੈਸ਼ਨ ਨਹੀਂ ਹੈਗਾ ਟਰੈਕਟਰ ਦਾ ਜੋ ਕੀਮਤ ਰੱਖੀ ਗਈ ਹੈ ਟਰੈਕਟਰ ਦੀ ਮਾਲਕ ਵਰ ਵੀਰਾਂ ਵੱਲੋਂ ਹੈਗੀ ਜੀ 5 ਲੱਖ ਤੇ 70000 ਰੁਪਇਆ 5 ਲੱਖ 70000 ਰੁਪਇਆ ਕੀਮਤ ਰੱਖੀ ਗਈ ਆ ਜਿਹਨਾਂ ਤੂੜੀ ਵਾਲੀ ਵਾਸਤੇ ਤਾਂ ਇਹ ਸਭ ਤੋਂ ਬੈਸਟ ਆ 855 ਦੇ ਨਾਲੋਂ ਜ਼ਿਆਦਾ ਵਧੀਆ ਤੂੜੀ ਵਾਲੀ ਮਸ਼ੀਨ ਤੇ ਕਾਮਯਾਬ ਹੈ ਇਹ 855 ਨੂੰ ਵੀ ਮਾਤ ਦਿੰਦਾ ਵਾ ਤੇ ਬਾਕੀ ਹੋਰ ਤਾਂ ਟਰੈਕਟਰ ਅਨੁਖੰਗ ਨਹੀਂ ਦਿੰਦਾ ਕੋਈ ਜਿਹੜਾ ਮਰਜ਼ੀ ਲਾ ਲਓ ਯਾਰ ਐਵੇਂ ਨਾ ਆਪਾਂ ਲੈਂਦੇ ਨਹੀਂਗੇ ਤੇ ਨੰਬਰ ਮਾਲਕਾਂ ਦੇ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਬੰਪਰ ਟਰੈਕਟਰ ਦਾ ਬੰਪਰ ਆ ਜਾਂਦਾ ਜੀ ਬੰਪਰ ਦਾ weight ਹੈਗਾ ਜੀ 1 ਕਵਾਂਟਲ ਦਾ ਬੰਪਰ ਦੱਸਦੇ ਪਏ ਨੇ ਇਹ ਜਾਨੀ ਕਿ ਜਿਹੜਾ ਹਰਿਆਣੇ ਵਾਲੀ ਸਾਈਡ ਤੋਂ ਟਰੈਕਟਰ ਲਿਆ ਸੀਗਾ ਤੋਂ ਬੰਪਰ ਉਧਰ ਲਾਵਾ ਸੋ ਉਧਰਲੇ ਵੀਰ ਜਿਨ੍ਹਾਂ ਨੇ ਬੰਪਰ ਲੈਣਾ ਹੋਵੇ ਲੈ ਸਕਦੇ ਨੇ ਇਹ ਪੂਰਾ ਹੈਵੀ ਆ 1 ਕਵਾਂਟਲ weight ਆ ਤੇ ਇਹ ਹੈ ਪੰਜਾਬ ਚ ਇਧਰ ਫਲੋਰ ਲੁਧਿਆਣੇ ਕੋਲ ਆ ਉਥੇ ਇਹ ਜਾਨੀ ਕਿ ਤੁਹਾਨੂੰ ਮਿਲ ਜੂਗਾ ਤੇ ਡਿਮਾਂਡ ਰੱਖੀ ਗਈ ਹੈ ਇਹਦੀ 5800 ਰੁਪਿਆ ਕੀਮਤਾਂ ਨੰਬਰ ਮਾਲਕਾਂ ਦਾ ਥੱਲੇ ਦਿੱਤਾ ਜਾ ਰਿਹਾ ਵਾ ਫੋਨ ਕਰਕੇ ਤੁਸੀਂ ਬੰਪਰ ਖਰੀਦ ਸਕਦੇ ਹੋ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 855 855 ਆ ਜਾਂਦਾ ਅੱਗੇ ਸੇਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2008 ਮਾਡਲ ਦੱਸਿਆ ਜਾ ਰਿਹਾ ਵਾ 2008 ਮਾਡਲ ਦੱਸਿਆ ਜਾ ਰਿਹਾ ਇੰਜਣ ਭਾਵੇਂ ਇਹਨਾਂ ਨੇ ਨਹੀਂ ਦੱਸਿਆ ਕਿ ਮਹਾਲੀ ਵਾਲਾ ਕਿ ਦੂਜਾ ਵਾ ਮੇਰੇ ਹਿਸਾਬ ਨਾਲ ਮਹਾਲੀ ਵਾਲਾ ਹੋਊਗਾ ਜਿਹੜੇ ਹਿਸਾਬ ਨਾਲ ਦਾ ਰੇਟ ਹੈ ਬਾਕੀ ਤੁਸੀਂ ਫੋਨ ਕਰਕੇ ਕਨਫਰਮ ਜ਼ਰੂਰ ਕਰ ਲਿਓ ਇੱਕ ਵਾਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਅ ਮੂਹਰਲੇ ਟਾਇਰ 70 ਪੈਸੇ ਨੇ ਤੇ ਮਗਰਲੇ ਟਾਇਰ 60 ਕੁ ਪੈਸੇ ਨੇ ਤੇ ਯਾਨੀ ਕਿ ਟਾਇਰ ਟੂਰ ਹਜੇ ਯਾਨੀ ਕਿ ਕੰਮ ਵਧੀਆ ਦੇ ਜਾਣਗੇ ਬਾਕੀ ਜਿਨ੍ਹਾਂ ਨੇ ਬਦਲੀ ਕਰਾਉਣੀ ਹੋਣ ਕਰਾ ਸਕਦੇ ਨੇ ਇੰਜਨ ਗੇਅਰ ਦਾ ਪੂਰਾ ਓਕੇ ਆ ਲੈਫਟ ਲੁਫਟ ਓਕੇ ਪਈ ਹੋਈ ਆ ਗੇਅਰ ਤੇ ਲੈਫਟ ਨੂੰ ਛੇਤੀ ਕੋ ਹੁੰਦਾ ਨਹੀਂ ਇੰਜਨ ਦਾ ਆਂਦੇ ਪੂਰਾ ਵਧੀਆ ਪਿਆ ਹੋਇਆ ਕੋਈ ਬਲੈਕ ਕੰਪ੍ਰੈਸ਼ਨ ਨਹੀਂ ਹੈਗਾ ਕੋਈ ਬਲੋ ਬਲੂ ਨਹੀਂ ਕੋਸ਼ ਨਹੀਂ ਹੈਗਾ ਤੇ ਸੰਗਰੂਰ ਏਰੀਏ ਵਿਖੇ ਟਰੈਕਟਰ ਖੜਾ ਹੋਇਆ ਹੈ ਤੇ ਕੀਮਤਰੀ ਗੱਲ ਕਰੀਏ 3 ਲੱਖ ਤੇ 30000 ਰੁਪਇਆ ਕੀਮਤ ਆ ਮੈਂ ਮੰਨਦਾ ਵੀ ਘੱਟ ਆ ਇਹ ਕੀਮਤ ਐਕਚੁਅਲੀ ਕਿਉਂਕਿ ਜੇ ਸਵਰਾਹ ਦੂਜਾ ਹੁੰਦਾ ਕਲੋਸ ਕਰਾ ਲਾਉ ਥੋੜੀ ਜ਼ਿਆਦਾ ਹੁੰਦੀ ਉਹਨਾਂ ਦੀ ਤੇ ਬਾਕੀ ਜਿਨ੍ਹਾਂ ਨੇ ਲੈਣਾ ਹੋਵੇ ਨੰਬਰ ਆ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਥੋੜਾ ਜਣ ਕਿ ਸ਼ੋ ਦਾ ਰੰਗ ਫਟ ਫਟ ਤੇ ਜਾਂਦਾ ਮੇਰੇ ਸਹਾਂ ਨੇ ਲਾਈ ਨਹੀਂ ਹੋਣੀਗੀ ਉੱਤੇ ਵਾਲਾ ਪੱਲਾ ਲਾ ਕੇ ਰੱਖਿਆ ਹੋਣਾ ਇਹਨਾਂ ਨੇ ਜਿਸ ਤੱਕ ਰੰਗ ਦੀ ਲੱਖ ਜੀ ਦੇ ਰਿਹਾ ਵਾ ਥੋੜਾ ਥੋੜਾ ਠੀਕ ਹੈ ਜੀ ਉਹ ਉਹ ਥੋੜੇ ਲਾਈ ਕਰਕੇ ਹੋ ਜਾਂਦਾ ਹੁੰਦਾ ਕਈਕੀ ਵਾਰ ਵੀ ਇੱਕ ਅਦਾ ਪੱਲਾ ਉਹ ਟੋਪਲੇ ਕਰਕੇ ਹੋ ਜਾਂਦੇ ਹੁੰਦੇ ਆ ਮਾਰੇ ਮੋٹے ਦਾ ਬਾਕੀ ਰੰਗ ਰੂੰਗ ਪੂਰਾ ਓਕੇ ਆ ਨਾ ਅਰੀਜਨਾ ਰੰਗ ਬਾਕੀ ਵੀਡੀਓ ਨੂੰ ਵਧੀਆ ਲੱਗਦੀ ਹੋ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਅੱਗੇ ਆ ਜਾਂਦਾ ਜੀ ਨਾਰਥ ਕੰਪਨੀ ਦਾ ਰੀਪਰ ਤੇ ਮੇਰੇ ਕੋਲ ਇਹਨਾਂ ਪ੍ਰਾਪੋ ਟਾਈਮ ਨਹੀਂ ਸੀਗਾ ਕਿ ਮੈਂ ਫੋਟੋ ਐਡਿਟ ਕਰ ਦਿੰਦਾ ਇਹ ਕਿਉਂਕਿ ਇਹਨਾਂ ਨੇ ਸਕਰੀਨਸ਼ਾਟ ਹੀ ਲੈ ਕੇ ਭੇਜੇ ਹੋਏ ਸੀਗੇ ਤੇ 2014 ਮਾਡਲ ਆ ਇਹ ਰੀਪਰ ਠੀਕ ਹੈ ਜੀ ਪੂਰਾ ਓਕੇ ਦੱਸਦੇ ਪਏ ਨੇ 95 ਪੈਸੇ ਟਾਇਰ ਦੱਸੇ ਜਾ ਰਹੇ ਨੇ ਰੀਲ ਵਗੈਰਾ ਜੋ ਬਲੇਡ ਵਗੈਰਾ ਸਾਰਾ ਕੁਝ ਓਕੇ ਆ ਰੰਗ ਰੂਗ オリジナル ਆ ਸਾਰਾ ਤੇ 1.52 ਲੱਖ ਰੁਪਇਆ ਡਿਮਾਂਡ ਆ ਸੌਰੀ 1.52 ਲੱਖ ਰੁਪਇਆ ਡਿਮਾਂਡ ਕੀਮਤ ਰੱਖੀ ਗਈ ਹੈ ਜੀ ਤੇ ਇਹਦੇ ਵਿੱਚੋਂ ਜਿਹੜਾ ਮੌਕੇ ਤੇ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਸੰਪਰਕ ਦੇ ਆਪਾਂ ਤੁਹਾਨੂੰ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ ਤੇ ਫੋਨ ਕਰਕੇ ਜਾਂ ਫਿਰ WhatsApp ਦੇ ਉੱਪਰ ਗੱਲਬਾਤ ਕਰਕੇ ਇਹਨਾਂ ਵੀਰਾਂ ਦੇ ਨਾਲ ਤੁਸੀਂ ਇਹ ਟੂੜੀ ਵਾਲਾ ਰੀਪਰ ਖਰੀਦ ਸਕਦੇ ਹੋ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਨਿਊ ਹਾਲੈਂਡ 3602 ਨਿਊ ਹਾਲੈਂਡ 3602 ਆ ਜਾਂਦਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ 2010 ਮਾਡਲ ਦੱਸਦੇ ਪਏ ਨੇ ਪੂਰਾ ਓਕੇ ਪਿਆ ਹੋਇਆ ਟਰੈਕਟਰ ਸਾਫਟ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਦੱਸਦੇ ਪਏ ਨੇ ਕੋਈ ਬਲੋ ਨਹੀਂ ਕੋਈ ਕੰਮ ਨਹੀਂ ਆ ਦੇ ਭਾਲ ਦਾਗਾ ਬਾਕੀ ਤੁਸੀਂ ਟਰੈਕਟਰ ਦੇ ਬਾਰੇ ਹੋਰ ਜੋ ਵੀ ਜਾਣਕਾਰੀ ਹੈ ਮਾਲਕਾਂ ਤੋਂ ਲੈ ਲਿਆ ਕਰੋ 95 ਪੈਸੇ ਮੇਰੇ ਹਸਾਨ ਟਾਇਰ ਹੈ ਇਹਦੇ ਦੱਸੇ ਜਾ ਰਹੇ ਤੇ 12 3 ਸਟicker ਲੱਗੇ ਹੋਏ ਨੇ ਉਹ ਤੁਸੀਂ ਇੱਕ ਵਾਰ ਪੁੱਛ ਲਿਓ ਹੋ ਸਕਦਾ 3 ਸਪੀਡ ਹੀ ਹੋਵੇ ਕਿਉਂਕਿ ਇੰਨਾ ਚ ਵੀ ਡਬਲ ਕੁ ਸੁਰੂ ਜੇ ਕੀਤਾ ਪਿਆ ਸਾਰਾ ਕੰਮ ਤੇ 2000 ਘੰਟੇ ਚੱਲਿਆ ਹੋਇਆ ਟਰੈਕਟਰ ਤੇ ਹਾਲੈਂਡ ਹੀ ਮੈਂ ਤੁਹਾਨੂੰ ਦੱਸੀ ਸਹੀ ਸਹੀ ਦੱਸਦਾ ਵੀ ਜਿੰਨੇ ਬਾਹਰਲੇ ਟਰੈਕਟਰ ਆ ਠੀਕ ਹੈ ਉਹ ਉਹਨਾਂ ਦੇ ਹੀ ਰੇਟ ਵਧੇ ਨੇ 20 ਵੀ 30 30000 ਹਜੇ ਕਿ ਇੰਡੀਗੈਂਸ ਦਾ ਕੋਈ ਭਰੋਸਾ ਨਹੀਂ ਹੋ ਸਕਦਾ ਹੁਣ ਵਾਜਵੇ ਸਵਰਾਤ ਤੇ ਸੋਨਾ ਲੀਕਾ ਵਗੈਰਾ ਦਾ ਵੀ ਜੌਂਡੀਅਰ ਦਾ ਹੌਲੈਂਡ ਦਾ ਕਬੂਟਾ ਵਗੈਰਾ ਸਾਰਿਆਂ ਦਾ ਬਾ ਚੁੱਕਿਆ ਵਾ ਤੇ ਜੋ ਕੀਮਤ ਰੱਖੀ ਗਈ ਹੈ ਉਹ ਹੈਗੀ ਜੀ 470000 ਰੁਪਇਆ ਤੇ ਫਰੀਦਕੋਟ ਏਰੀਆ ਵਿਖੇ ਟਰੈਕਟਰ ਖੜਾ ਹੋਇਆ ਇਹ ਬਾਕੀ ਮੌਕੇ ਦੇ ਵਿੱਚੋਂ ਜੋ ਡਿਮਾਂਡ ਦੇ ਵਿੱਚੋਂ ਘਾਟਵਾਦ ਜ਼ਰੂਰ ਕੀਤੀ ਜਾਵੇਗੀ ਜੋ ਵੀ ਮਾਲਕ ਵੀਰਾਂ ਦੇ ਸੰਪਰਕ ਦੇ ਨੰਬਰ ਨੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਤੇ ਇੱਕ ਭਰਾ ਉਹ ਮੈਂ ਸਵਾਲ ਪੁੱਛਣਾ ਕਿ ਫਾਰਮ ਟਰੈਕ 80 ਵੀ ਆਇਆ ਹੋਇਆ ਵਾ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਯਾਰ ਮੈਂ ਏਜੰਸੀਆਂ ਨੂੰ ਫੋਨ ਲਾਇਆ ਸੀ ਉਹਦੇ ਆਏ ਹੀ ਨਹੀਂ ਗਾਏ ਇੱਕ ਵਾਰ ਤੁਸੀਂ ਜ਼ਰੂਰ ਦੱਸ ਦਿਓ ਤੇ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਐਚ ਐਮ ਟੀ 911 ਅੱਜ ਦੀਆਂ ਲਾਲ ਲੇਟਾਂ ਨੇ ਇਹ ਹੀ ਆ ਸੇਲ ਦੇ ਲਈ ਅ 2002 ਮਾਡਲ 2002 ਮਾਡਲ ਦਾ ਟਰੈਕਟਰ ਇਹ ਤੇ 90 ਪੈਸੇ ਟਾਇਰ ਦੱਸੇ ਜਾ ਰਹੇ ਨੇ ਇੰਜਨ ਗੇਅਰ ਦਾ ਓਕੇ ਦੱਸਦੇ ਪਏ ਨੇ ਇੰਜਨ ਗੇਅਰ ਮਗਰ ਲੈ ਹਿੱਸਾ ਪੰਪ ਸਾਰੇ ਕੁਝ ਦੀ ਗਾਰੰਟੀ ਚੱਕਦੇ ਨਹੀਂ ਬੰਪਰ ਬੰਪਰ ਲੱਗਾ ਹੋਇਆ ਸੰਗਲੀਆਂ ਵਗੈਰਾ ਲੱਗੀਆਂ ਹੋਈਆਂ ਨੇ ਅੱਗੇ ਬਕਾਊ ਦੇ ਲਈ ਆਇਆ ਹੋਇਆ ਜੀ ਤੇ ਕੀਮਤ ਦੀ ਗੱਲ ਕਰੀਏ 3 ਲੱਖ ਤੇ 40000 ਰੁਪਿਆ ਕੀਮਤ ਆ 3 ਲੱਖ 40000 ਰੁਪਿਆ ਕੀਮਤ ਆ ਇਹਦੇ ਵਿੱਚੋਂ ਜਿਹੜਾ ਘੱਟ ਵੱਧ ਕੀਤਾ ਜਾਣਾ ਉਹ ਮੌਕੇ ਤੇ ਹੋ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਸੰਪਰਕ ਦੇਓ ਤੁਹਾਨੂੰ ਥੱਲੇ ਦੇ ਰਹੇ ਆ ਤੇ ਜਿੰਨਾ ਵੀਰਾਂ ਨੇ ਕੱਲ 855 ਵਾਲੀ ਬੰਪਰ ਸੇਲ ਦੀ ਵੀਡੀਓ ਨਹੀਂ ਦਿੱਤੀ ਦੇਖੀ ਸੌਰੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤੇ ਹੋਣਗੇ ਵੀਡੀਓ ਦੇ ਤੁਸੀਂ ਜਾ ਕੇ ਚੈੱਕ ਆਊਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਇਹਦੇ ਵਿੱਚੋਂ ਜੇ ਕੋਈ ਖਰੀਦਣਾ ਹੋਵੇ ਪੂਰਾ ਸਾਫ਼ ਸੋਹਣਾ ਇਹ 911 ਪਿਆ ਹੋਇਆ ਵਾ ਤੇ ਨੰਬਰ ਥੱਲੇ ਦਿੱਤੇ ਜਾ ਰਹੇ ਨੇ ਮਾਲਕਾਂ ਦੇ ਹੁਣ ਆਪਣੇ ਕੋਲ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ 16 ਫੁੱਟਾ ਟਰਾਲਾ 16 ਫੁੱਟਾ ਟਰਾਲਾ ਆ ਜਾਂਦਾ ਜੀ ਪੂਰੀ ਹਾਲਤ ਵਗੈਰਾ ਤੁਸੀਂ ਵੇਖ ਸਕਦੇ ਹੋ ਵੈੱਡ ਬੁੱਟ ਲੱਗੇ ਹੋਏ ਐ ਜੈਕ ਸ਼ਾਇਦ ਇਹਨੂੰ ਨਹੀਂ ਲੱਗਾ ਹੋਇਆਗਾ ਕਿਉਂਕਿ ਮੈਨੂੰ ਜੈਕ ਵਾਲੀ ਨਾਲ ਹੀ ਨਹੀਂ ਦਿਸੀ ਸੀਗੀ ਇਹਦੀ ਮੈਂ ਤਾਂ ਦੱਸਦਾ ਪਿਆ ਡਬਲ ਟੈਰੀ ਆ ਤੇ ਜੋ ਕੀਮਤ ਆ ਇਹਦੀ ਉਹ ਤੁਹਾਨੂੰ ਫੋਨ ਤੇ ਹੀ ਦੱਸੀ ਜਾਵੇਗੀ ਫੋਨ ਕਰਕੇ ਤੁਸੀਂ ਇਹਦੀ ਕੀਮਤ ਦਾ ਪਤਾ ਕਰ ਸਕਦੇ ਹੋ ਜੋ ਵੀ ਨੰਬਰ ਨੇ ਮਾਲਕਾਂ ਦੇ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਜਾਂ ਫਿਰ ਵਟਸਐਪ ਤੇ ਉੱਪਰ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ 16 ਫੁੱਟਾ ਟਰਾਲਾ ਪੂਰਾ ਸਾਫ ਪਿਆ ਸੋਹਣਾ ਟਰਾਲਾ ਵਾ ਨੰਬਰ ਮਾਲਕਾਂ ਦੇ ਥੱਲੇ ਦਿੱਤੇ ਜਾ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਵੇਖਣ ਦੇ ਲਈ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਸਾਡੇ ਦੂਜਾ ਚੈਨਲ ਗੱਲ ਟਰੈਕਟਰ ਇਨਫੋਰਮੇਸ਼ਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਅੰਤ ਤੱਕ ਵੇਖਣ ਦੇ ਲਈ